एक निका जो प्रस्ताव देना, जब गुरु अर्जुन पाशाह ने शादी दिखती सी ना, साईं मियां मीर आके कल्प गए, सर जी की कर रहे हो? हजूर हंस के कहने लगे, साईं जी वो उस्ताद कमजोर होता है जेड़ा पहला सवाल आप ना हल करके दे रहे। सियाणा उस्ताद कोई होता है जेड़ा पहला सवाल आप हल करके दे रहे, फिर अपने विद्यार्थी को कभी भी हुण तू हल कर। पहला सवाल हल करता है उस्ताद, विद्यार्थी वेखता है, फिर विद्यार्थी सवाल हल करता है ते उस्ताद बैठा वेखता है। कदे वक्त आवेगा, अज मैं शहादत देना है ते साईं मियां मीर तू सिख दे रूप विच खलो के वेख। कद वक्त आवेगा सिख शहादत देवेगा, फिर उदो मैं बैठ के वेखांगा। जे अज मैं तत्ती तवी तेरा डोलिया ते कल मेरा सिख भी नहीं डोलेगा। अज यकीन करके जाणियो, अज गुरु तेग बहादुर साहिब जी उन्होंने पिंजरा रखिया होया ते अज उन्हां दीआं अक्खां दे सामने सिख शहीद कर लगे ने। सब तो पहली बारी आई मती दास दी, मती दास नूं उह तारे नाल कीर्त लगे ने ਖੱਟਿਆਂ ਵਿੱਚ ਬੰਨ ਕੇ ਤੇ ਇੱਕ ਬਚਨ ਆਖਿਆ। ਕਹਿਣ ਲੱਗੇ, ਭਲਿਆ ਤੇਰੀ ਕੋਈ ਆਖਰੀ ਤਮੰਨਾ ਹੋਏਗੀ? ਕਹਿਣ ਲੱਗੇ, ਹਾਂ ਆਖਰੀ ਤਮੰਨਾ ਤੇ ਹੈ, ਪਰ ਮੈਨੂੰ ਪਤਾ ਵੀ ਤੁਸੀਂ ਪੂਰੀ ਨਹੀਂ ਕਰਨੀ। ਕਹਿਣ ਲੱਗੇ, ਨਹੀਂ ਪੂਰੀ ਕਰਾਂਗੇ, ਸ਼ਾਇਦ ਤੇਰਾ ਮਨ ਡੋਲ ਗਿਆ ਹੋਵੇ, ਤੂੰ ਦੱਸ ਤੇਰੀ ਆਖਰੀ ਤਮੰਨਾ ਕੀ ਹੈ। ਸੰਖੇਪ ਵਿੱਚ ਬੇਨਤੀ ਕਰ ਰਹੇ ਹੋ। ਮਤੀ ਦਾਸ ਨੇ ਕੁਝ ਆਪਣੀਆਂ ਆਖਰੀ ਖਾਹਿਸ਼ਾਂ ਦੱਸੀਆਂ, ਉਹਦੇ ਵਿੱਚ ਇੱਕ ਆਖਰੀ ਖਾਹਿਸ਼ ਸੀ। ਥੋੜੀ ਤਵੱਜੋ ਬਖਸ਼ੋ, ਮੇਰੀ ਬੇਨਤੀ ਹੈ। ਇਹ ਉਹਨਾਂ ਆਖਰੀ ਖਾਹਿਸ਼ ਦੱਸੀ। ਕਹਿਣ ਲੱਗੇ, ਆਖਰੀ ਖਾਹਿਸ਼ ਹੈ ਵੀ ਤੀਰ ਜਿੱਥੋਂ ਮਰਜ਼ੀ ਰੱਖ ਕੇ ਪਾ ਲਿਓ, ਪਰ ਪਾਇਓ ਸਿੱਧਾ। ਉਹਨਾਂ ਆਖਿਆ, ਭਲਿਆ ਇਹ ਤੇ ਮੰਨਿਆ ਵੀ ਆਰੇ ਨਾਲ ਤੂੰ ਲੱਕੜੀਆਂ ਚੀਰੀਆਂ ਜਾਂਦੀਆਂ ਵੇਖੀਆਂ ਹੋਣਗੀਆਂ, ਬੰਦਾ ਪਹਿਲੀ ਵਾਰੀ ਚੀਰਨ ਲੱਗੇ, ਇਹ ਤੇ ਸਪਸ਼ਟ ਹੈ। ਪਰ ਆਰੇ ਨਾਲ ਚੀਰਦੀਆਂ ਲੱਕੜ ਨੂੰ ਚੀਰ ਸਿੱਧਾ ਥਾਂ ਪਾਈਦਾ, ਕਿਉਂਕਿ ਲੱਕੜ ਕੋਲੋਂ ਕੰਮ ਲੈਣਾ। ਅਸੀਂ ਕਿਹੜਾ ਤੇਰੇ ਸਰੀਰ ਕੋਲੋਂ ਕੋਈ ਕੰਮ ਲੈਣਾ? ਅਸੀਂ ਤੇ ਤੈਨੂੰ ਮੌਤ ਦੇਣੀ ਹੈ। ਚੀਰ ਸਿੱਧਾ ਪੈ ਗਿਆ, ਟੇਢਾ ਪੈ ਗਿਆ, ਤਾਂ ਕੀ ਫਰਕ ਪੈਣ ਲੱਗਾ? ਉਹ ਕਹਿਣ ਲੱਗੇ, ਤੁਹਾਨੂੰ ਤੇ ਕੋਈ ਫਰਕ ਨਹੀਂ ਪੈਣ ਲੱਗਾ, ਮੈਨੂੰ ਫਰਕ ਪੈਣਾ। ਉਹ ਕਹਿਣ ਲੱਗੇ, ਤੇ ਬੜੀ ਅਜੀਬ ਗੱਲ ਹੈ, ਤੂੰ ਤੇ ਚੜ੍ਹਾਈ ਕਰ ਗਿਆ ਨਾ, ਤੇਰਾ ਸਰੀਰ ਤੇਰੇ ਕੰਮ ਦਾ ਵੀ ਨਹੀਂ ਰਹਿਣਾ, ਤੇ ਤੈਨੂੰ ਕੀ ਫਰਕ ਪੈਣਾ? ਕਹਿਣ ਲੱਗੇ, ਭਲੇ ਉਹ ਫਰਕ ਪੈਣਾ, ਜਦੋਂ ਮੇਰੇ ਸਰੀਰ ਦੇ ਉੱਤੇ ਆਰਾ ਚੱਲ ਕੇ ਮੇਰੇ ਸਰੀਰ ਨੂੰ ਤੋਫਾੜ ਕਰ ਦੇਵੇਗਾ, ਇੱਕ ਪਾਸਾ ਸੱਜੇ ਪਾਸੇ ਪਿਆ ਹੋਵੇਗਾ, ਇੱਕ ਪਾਸਾ ਖੱਬੇ ਪਾਸੇ ਪਿਆ ਹੋਵੇਗਾ, ਜੋ ਟੁਕੜੇ ਮੇਰੇ ਸਰੀਰ ਦੇ ਪਏ ਹੋਣਗੇ। ਜੇ ਤੀਰ ਟੇਢਾ ਹੋਇਆ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਦੇਖਣਗੇ, ਜੇ ਤੀਰ ਟੇਢਾ ਹੋਇਆ, ਉਹ ਖਲੋ ਕੇ ਮੇਰੇ ਕੋਲ ਕਹਿਣਗੇ, ਉਹ ਮਤੀ ਦਾਸਾ ਤੈਨੂੰ ਪਾਜਣ ਵਿੱਚ ਕੀ ਕਮੀ ਰਹਿ ਗਈ ਸੀ, ਮਤੀ ਦਾਸਾ ਤੇਰੇ ਪਿਆਰ ਵਿੱਚ ਕੀ ਕਮੀ ਰਹਿ ਗਈ ਸੀ, ਮਤੀ ਦਾਸਾ ਤੇਰੀ ਸਿੱਖੀ ਵਿੱਚ ਕਾਹਦੀ ਕਮੀ ਰਹਿ ਗਈ ਸੀ। ਜਦੋਂ ਆਰਾ ਚੱਲਿਆ ਹੋਵੇਗਾ, ਤੈਨੂੰ ਦੁੱਖ ਲੱਗਿਆ ਹੋਵੇਗਾ, ਤੇਰਾ ਸਰੀਰ ਤੜਫਿਆ ਹੋਵੇਗਾ, ਜਦੋਂ ਤੜਫਿਆ ਹੋਵੇਗਾ, ਤੇਰਾ ਪੈਰ ਖਿੱਦਿਆ ਹੋਵੇਗਾ, ਚੱਲਦਾ ਆਰਾ ਟੇਢਾ ਹੋ ਗਿਆ ਹੋਵੇਗਾ, ਤੇ ਮਤੀ ਦਾਸਾ ਤੈਨੂੰ ਤਕਲੀਫ ਹੋਈ ਹੋਵੇਗੀ। ਮੈਂ ਗੁਰੂ ਨੂੰ ਦੱਸਣਾ ਚਾਹੁੰਦਾ ਕਿ ਸਤਿਗੁਰਾਂ ਤੇਰੇ ਪਿਆਰ ਤੋਂ ਉੱਤੇ ਆਰਾ ਕੁਝ ਵੀ ਨਹੀਂ ਕਰ ਸਕਦਾ, ਮੇਰਾ ਪੈਰ ਵੀ ਨਹੀਂ ਗਿੱਲਿਆ, ਤੇਰਾ ਮਤੀ ਦਾਸ ਵੀ ਨਹੀਂ ਗਿੱਲਿਆ, ਚੀਰ ਜਿੱਥੇ ਮਰਜ਼ੀ ਰੱਖ ਕੇ ਪਾਇਓ, ਪਰ ਪਾਇਓ ਸਿੱਧਾ, ਤਾਂ ਕਿ ਕੱਲ ਗੁਰੂ ਤੇਗ ਬਹਾਦਰ ਸਾਹਿਬ ਇਹ ਨਾ ਕਹਿਣ ਮਤੀ ਦਾਸ ਨੂੰ ਦੁੱਖ ਲੱਗਿਆ ਹੋਵੇ। ਦਸ ਤੋਂ ਬਾਅਦ ਦੂਜੀ ਵਾਰੀ ਆਈ ਭਾਈ ਗਿਆਲੇ ਦੀ, ਉਬਲਦੀ ਦੇਗ ਵਿੱਚ ਉਬਾਲਣ ਲੱਗੇ ਨੇ। ਉਹਨੂੰ ਵੀ ਇੱਕ ਗੱਲ ਪੁੱਛੀ, ਕਹਿਣ ਲੱਗੇ, ਆ ਤੂੰ ਅੱਜ ਤੱਕ ਦੇਗ ਵਿੱਚ ਉਬਲਦਿਆਂ ਦਾਲਾਂ ਸਬਜ਼ੀਆਂ ਤੇ ਵੇਖੀਆਂ ਹੋਣਗੀਆਂ, ਪਰ ਕੋਈ ਮਨੁੱਖੀ ਸਰੀਰ ਉਬਲਦਾ ਨਹੀਂ ਵੇਖਿਆ ਹੋਵੇਗਾ, ਤੇ ਪਹਿਲਾਂ ਸੋਚ ਲੈ ਤੇਰਾ ਹਾਲ ਕੀ ਹੋਣਾ ਹੈ। ਭਾਈ ਦਿਆਲਾ ਦੀ ਹੱਥ ਪਏ, ਕਹਿਣ ਲੱਗੇ, ਭਲਿਓ ਤੁਸੀਂ ਨਹੀਂ ਵੇਖਿਆ ਹੋਣਾ, ਮੇਰਾ ਉਸਤਾਦ ਮੈਨੂੰ ਵਿਖਾ ਗਿਆ, ਗੁਰੂ ਅਰਜਨ ਪਾਤਸ਼ਾਹ ਉੱਪਲ ਦੀ ਦੇਗ ਵਿੱਚ ਉੱਪਲ ਕੇ ਦਿਖਾ ਗਿਆ, ਤੁਸੀਂ ਫਿਕਰ ਨਾ ਕਰੋ, ਉੱਪਲ ਦੀ ਦੇਗ ਵਿੱਚ ਉੱਪਲ ਗਏ।
ਭਾਈ ਸਦੀ ਰਸ ਨੂੰ ਰੋਮਨ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਿੰਘ ਸੱਚੇ ਪਾਤਸ਼ਾਹ ਦੀ ਵਾਰੀ ਆਈ ਤੇ ਆਖਰ ਉਹਨਾਂ ਦੇ ਕੋਲ ਆ ਕੇ ਇੱਕ ਕਾਜ਼ੀ ਇੱਕ ਜਲਾਦ ਦੋਵੇਂ ਖਲੋਤੇ ਨੇ। ਕਾਜ਼ੀ ਕਹਿਣ ਲੱਗਾ ਭਾਈ ਮੈਂ ਆਪਣੀ ਗੱਲ ਪਹਿਲਾਂ ਦੱਸ ਦਿਆਂ, ਤੇਰੇ ਮਨ ਵਿੱਚ ਭੁਲੇਖਾ ਨਾ ਰਵੇ। ਮੈਂ ਉਹ ਕਾਜ਼ੀ ਹੈ ਜੱਦੀ ਪੁਸ਼ਤੀ ਜਿਹਦੀ ਜ਼ੁਬਾਨ ਮੌਤ ਦਾ ਫਤਵਾ ਦੇਣ ਲੱਗਿਆ ਕਦੇ ਕੰਮ ਦੀ ਨਹੀਂ ਹੈ। ਮੇਰੀ ਜ਼ੁਬਾਨ ਨੇ ਤੈਨੂੰ ਮੌਤ ਦਾ ਫਤਵਾ ਦੇਣਾ, ਮੇਰੀ ਜ਼ੁਬਾਨ ਨੇ ਕੰਬਣਾ ਨਹੀਂ ਹੈ, ਵੱਖ ਸੋਚੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਠਰੰਮੇ ਨੂੰ ਸੁਣਿਆ, ਕਾਜ਼ੀ ਬੋਲ ਹਟਿਆ, ਜਨਾਬ ਅੱਗੇ ਆਇਆ, ਉਹਨੇ ਤਲਵਾਰ ਕੱਢੀ, ਲਿਸ਼ਕ ਦੀ ਤਲਵਾਰ ਲੈ ਕੇ ਉੱਚੀ ਕਰਕੇ ਕਹਿਣ ਲੱਗਿਆ, ਮੈਂ ਜੱਦੀ ਪੁਸ਼ਤੀ ਜਨਾਬ ਹੈ, ਮੇਰੀ ਬਾਂਹ ਮੇਰੀ ਤਲਵਾਰ ਜਦੋਂ ਮੈਂ ਇੱਕ ਟੱਕ ਲਾਉਣਾ ਹੈ, ਮੈਂ ਇੱਕ ਵਾਰ ਕਰਨਾ, ਇਹਨੇ ਤੁਹਾਡਾ ਸੀਸ ਲਾ ਕੇ ਵੱਖਰਾ ਕਰ ਦੇਣਾ, ਯਕੀਨ ਕਰਕੇ ਜਾਣਾ ਕਿ ਕਾਜ਼ੀ ਦੀ ਜ਼ੁਬਾਨ ਨਹੀਂ ਖਿੜਕਦੀ ਤੇ ਮੇਰੀ ਤਲਵਾਰ ਵੀ ਨਹੀਂ ਖਿੜਕਦੀ, ਤੇ ਮੈਂ ਅੱਜ ਇਸ ਗੱਲ ਦਾ ਫੈਸਲਾ ਕਰ ਦੇਣਾ, ਤੁਹਾਨੂੰ ਹਜੇ ਵੀ ਵਕਤ ਹੈ, ਆਪਣੇ ਬਾਰੇ ਸੋਚ ਲਵੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਦਾ ਜਵਾਬ ਦਿੱਤਾ, ਉਦੋਂ ਵੀ ਹੱਸੇ, ਤਾਂ ਹੀ ਲੋਕਾਂ ਨੇ ਭੁਲੇਖਾ ਪੈ ਗਿਆ ਵੀ ਸ਼ਾਇਦ ਅੱਜ ਹੀ ਹੱਸੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਖਿੜਖਿੜਾ ਕੇ ਹੱਸੇ, ਕਾਜ਼ੀ ਕਹਿਣ ਲੱਗਿਆ ਸ਼ਾਇਦ ਤੁਹਾਨੂੰ ਮੇਰੀ ਗੱਲ ਸਮਝ ਨਹੀਂ ਲੱਗੀ, ਹਜ਼ੂਰ ਕਹਿਣ ਲੱਗੇ ਸਮਝ ਲੱਗੀ ਤਾਂ ਵੀ ਹੱਸਿਆ। ਉਸ ਵੇਲੇ ਜਲਾਦ ਨੇ ਵੀ ਗੱਲ ਕਹੀ, ਕਹਿਣ ਲੱਗੇ ਮੇਰੀ ਗੱਲ ਸਮਝ ਲੱਗ ਗਈ, ਕਹਿਣ ਲੱਗੇ ਬਿਲਕੁਲ ਸਮਝ ਲੱਗ ਗਈ। ਮੈਂ ਆਪਣੇ ਬੱਚਿਆਂ ਕੋਲੋਂ ਪੁੱਛਣਾ ਤਾਂ ਮੇਰੇ ਤੋਂ ਮਗਰੋਂ ਵੀ ਕੋਈ ਹੈ, ਫਿਰ ਮੈਂ ਸਮਾਂ ਥੋੜਾ ਜਿਹਾ ਉੱਤੇ ਲੈ ਜਾਂਗਾ, ਮੈਨੂੰ ਮਾਫ ਕਰਨਾ। ਬੇਨਤੀ ਕਰਨ ਲੱਗਾ ਸ਼ਾਹ, ਉਹ ਕਹਿਣ ਲੱਗੇ ਭਾਈ ਮੇਰੀ ਤਲਵਾਰ ਨਹੀਂ ਖਿੜਕਦੀ, ਮੇਰੀ ਜ਼ੁਬਾਨ ਨਹੀਂ ਖਿੜਕਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਫਿਰ ਤੇਰਾ ਬੜਾ ਕਿੱਡਾ ਸ਼ੁਕਰ ਕਰਾਂ ਮੈਂ, ਅੱਜ ਕੈਸੇ ਖਾਨਦਾਨੀਆਂ ਨੂੰ ਮਿਲਾਪ ਹੋਇਆ। ਕਹਿਣ ਲੱਗੇ ਉਹ ਕਿਵੇਂ? ਕਹਿਣ ਲੱਗੇ ਕਾਜ਼ੀ ਤੇਰੀ ਜ਼ੁਬਾਨ ਨਹੀਂ ਖਿੜਕਦੀ ਕਿਉਂਕਿ ਤੂੰ ਜੱਦੀ ਪੁਸ਼ਤੀ ਕਾਜ਼ੀ ਹੈ, ਜਲਾਦ ਤੇਰੀ ਤਲਵਾਰ ਨਹੀਂ ਖਿੜਕਦੀ ਕਿਉਂਕਿ ਤੂੰ ਜੱਦੀ ਪੁਸ਼ਤੀ ਜਲਾਦ ਹੈ। ਉਹ ਮੈਨੂੰ ਵੀ ਪੁੱਛ ਲਓ, ਤੁਸੀਂ ਆਪੇ ਸਲਾਹਾਂ ਕਰੀ ਜਾਂਦੇ ਹੋ, ਮੈਨੂੰ ਵੀ ਪੁੱਛ ਲਓ, ਜੇ ਤੇਰੀ ਜ਼ੁਬਾਨ ਨਹੀਂ ਖਿੜਕਦੀ ਤੇਰੀ ਤਲਵਾਰ ਨਹੀਂ ਖਿੜਕਦੀ, ਉਹ ਸੱਚ ਕਰਕੇ ਜਾਣੀ, ਮੇਰੀ ਇਹ ਗਰਦਨ ਵੀ ਨਹੀਂ ਖਿੜਕੇਗੀ ਕਿਉਂਕਿ ਜੇ ਤੂੰ ਜੱਦੀ ਪੁਸ਼ਤੀ ਜਲਾਦ ਹੈ, ਜੇ ਤੂੰ ਜੱਦੀ ਪੁਸ਼ਤੀ ਕਾਜ਼ੀ ਹੈ, ਉਹ ਮੈਂ ਜੱਦੀ ਪੁਸ਼ਤੀ ਸ਼ਹੀਦ ਹੈ, ਮੇਰਾ ਇਹ ਦਿਲ ਨਹੀਂ ਧੜਕੇਗਾ, ਤੇਰਾ ਜਿਹੜਾ ਜੀ ਕਰਦਿਆ ਤੂੰ ਮੈਂ ਟੱਕ ਲਾ ਕੇ ਆਪਣੇ ਵੱਲੋਂ ਸ਼ਹਾਦਤ ਦਾ ਜਾਮ ਦੇਣੀ, ਮੇਰੀ ਗਰਦਨ ਨਹੀਂ ਖਿੜਕੇ। ਔਰ ਉਹ ਕੁਝ ਆਇਆ ਅੱਜ ਤੇਗ ਦੇ ਬਹਾਦਰ ਨੂੰ, ਹਾਲਾਂਕਿ ਉਹ ਤੇਗ ਦਾ ਬਹਾਦਰ ਹੈ, ਉਹਦਾ ਪੁੱਤ ਹੈ ਜਿਹਦਾ ਬਾਪੂ ਦੋ ਤੇਗਾਂ ਪਹਿਨਦਾ ਸੀ, ਉਹ ਚਾਹੁੰਦਾ ਕਿ ਉਹਦੇ ਨਾਲ ਤੇਗ ਦਾ ਮੁਕਾਬਲਾ ਵੀ ਕਰ ਸਕਦਾ ਸੀ, ਪਰ ਅੱਜ ਜ਼ਬਰ ਦਾ ਮੁਕਾਬਲਾ ਸਬਰ ਨਹੀਂ ਕਰਨਾ ਸੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋ ਗਈ। ਹੁਣ ਭਾਈ ਜੈਤੇ ਦੀ ਬਾਬਾ ਜੀਵਨ ਸਿੰਘ ਦੀ ਡਿਊਟੀ ਲੱਗੀ ਹੋਈ ਸੀ, ਉਹਨਾਂ ਸੀਸ ਲੈ ਕੇ ਆਉਣਾ, ਉਹਨਾਂ ਦੀ ਕਿਉਂ ਲੱਗੀ? ਕਿਉਂਕਿ ਦਿੱਲੀ ਦੇ ਦਿਲ ਵਾਲੇ ਇਲਾਕੇ ਦੇ ਰਹਿਣ ਵਾਲੇ ਨੇ, ਦਿੱਲੀ ਬਾਰੇ ਚੋਂ ਬਹੁਤ ਕੁਝ ਜਾਣਦੇ ਨੇ, ਉਹਨਾਂ ਨੌਕਰੀ ਰੱਖੀ ਹੋਈ ਸੀ, ਉਹਨਾਂ ਨੇ ਆਖਿਰਕਾਰ ਸੀਸ ਚੁੱਕਿਆ। ਸੀਸ ਚੁੱਕ ਕੇ ਉਹਨਾਂ ਦੀ ਮਿਹਰ ਹੈ ਜਿਹੜੇ ਮੈਨੂੰ ਉਹ ਕਦੇ ਆਪਣੇ ਤੋਂ ਦੂਰ ਨਹੀਂ ਸਨ ਕਰਦੇ, ਕਿ ਹੁਣ ਵੀ ਮੈਨੂੰ ਆਪਣੇ ਨੇੜੇ ਹੀ ਰੱਖੇ ਹੋਏ। ਉਹਨਾਂ ਨੇ ਕਹਿਣ ਲੱਗੇ ਤੈਨੂੰ ਬਹੁਤ ਭਰੋਸਾ ਗੁਰੂ ਤੇਗ ਬਹਾਦਰ ਸਾਹਿਬ ਤੇ? ਕਹਿਣ ਲੱਗੇ ਭਲੇ ਗਰੀਬ ਕੋਲ ਭਰੋਸੇ ਤੋਂ ਬਿਨਾਂ ਹੁੰਦਾ ਹੀ ਕੀ ਹੈ, ਮੈਨੂੰ ਤੇ ਬਹੁਤ ਭਰੋਸਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ। ਕਹਿਣ ਲੱਗੇ ਕਦੇ ਤੇਰੇ ਨਾਲ ਗੱਲਾਂ ਵੀ ਹੋਈਆਂ ਹੋਣਗੀਆਂ? ਦੇਵਾ ਰਾਮ ਕਈ ਗੱਲਾਂ ਪੁੱਛੀ ਜਾਂਦਾ, ਸਿੱਖ ਬੜਾ ਹੈਰਾਨ ਹੁੰਦਾ ਹੈ। ਉਹ ਕਹਿਣ ਲੱਗਿਆ ਦੱਸ ਕੇ ਸਹੀ, ਤੂੰ ਗੁੰਝਲ ਕੀ ਪੁੱਛਣੀ ਚਾਹੁੰਦਾ? ਕਹਿਣ ਲੱਗਿਆ ਮੈਂ ਪੁੱਛਣੀ ਚਾਹੁੰਦਾ, ਮੈਨੂੰ ਦੱਸ ਕਦੇ ਗੁਰੂ ਝੂਠ ਵੀ ਬੋਲਦਾ?
ਨੇ ਉਸੇ ਵੇਲੇ ਬੱਚਾ ਲੱਗ ਕੇ ਕਹਿਣ ਲੱਗੀ ਇੱਕ ਪਾਸੇ ਬੜੀਆਂ ਸ਼ਰਧਾ ਵਾਲੀਆਂ ਗੱਲਾਂ ਕਰਨਾ, ਦੂਜੇ ਪਾਸੇ ਬੜੀਆਂ ਅਣਹੋਣੀਆਂ ਗੱਲਾਂ ਕਰਨਾ। ਗੁਰੂ ਝੂਠ ਕਿਉਂ ਬੋਲੇਗਾ, ਗੁਰੂ ਕਿਉਂ ਝੂਠ ਬੋਲੇਗਾ, ਗੁਰੂ ਨੂੰ ਕੀ ਮਜਬੂਰੀ ਹੈ? ਗੁਰੂ ਨਹੀਂ ਝੂਠ ਬੋਲਦਾ, ਗੁਰੂ ਨਹੀਂ ਕਿਸੇ ਨਾਲ ਧੋਖਾ ਕਰਦਾ। ਦੇਵਾ ਰਾਮ ਦੀਆਂ ਧਾਰਾਂ ਨਿਕਲ ਗਈਆਂ, ਮੈਂ ਕਿਵੇਂ ਪਤਾ ਮੇਰੇ ਨਾਲ ਬੀਤੀ ਹੈ, ਮੇਰੇ ਨਾਲ ਬੀਤੀ ਹੈ, ਮੇਰੇ ਨਾਲ ਗੁਰੂ ਝੂਠ ਬੋਲਿਆ, ਮੇਰੇ ਨਾਲ ਗੁਰੂ ਨੇ ਵਾਅਦਾ ਕੀਤਾ ਸੀ ਕਿ ਮੈਂ ਤੇਰੇ ਘਰ ਆਵਾਂਗਾ, ਗੁਰੂ ਘਰ ਨਹੀਂ ਜੇ ਆਇਆ। ਮੈਂ ਵਾਰ ਵਾਰ ਕਿਹਾ ਸੀ ਗਰੀਬ ਕੋਲ ਆਸਾਂ ਹੀ ਹੁੰਦੀਆਂ ਨੇ, ਮੇਰੀਆਂ ਆਸਾਂ ਨਾ ਟੁੱਟ ਜਾਣ। ਸਗੋਂ ਗੁਰੂ ਨੇ ਕਿਹਾ ਸੀ ਵੀ ਮੈਂ ਤੇਰੇ ਘਰ ਆਵਾਂਗਾ, ਤੂੰ ਮੈਨੂੰ ਪਛਾਣ ਲਵੇਂਗਾ। ਮੈਂ ਕਿਵੇਂ ਮੰਨਾਂ ਇਸ ਗੱਲ ਨੂੰ? ਮੈਂ ਤੇ ਇੱਕੋ ਵਾਰੀ ਮਿਲਿਆ। ਤੇ ਜਿਹੜਾ ਸਿੱਖ ਚੌਕਰੀ ਵਾਲਾ ਸੀ ਨਾ, ਉਹ ਕਹਿਣ ਲੱਗੇ ਉਹ ਭਲਿਆ, ਗੁਰੂ ਝੂਠ ਨਹੀਂ ਬੋਲਦਾ, ਗੁਰੂ ਧੋਖਾ ਨਹੀਂ ਦਿੰਦਾ, ਤੇਰੀ ਇਸਦੇ ਵਿੱਚ ਕਮੀ ਹੈ। ਕਮਲਿਆ ਕਾਹਦੀ ਕਮੀ ਹੈ? ਕਹਿਣ ਲੱਗੇ ਤੂੰ ਗੁਰੂ ਨੂੰ ਉਡੀਕਦਾ ਤੇ ਸਹੀ, ਤੂੰ ਤੇ ਬਾਹਰ ਪਰੇ ਕਰਨਾ, ਤੂੰ ਉਡੀਕ, ਯਕੀਨ ਕਰਕੇ ਜਾਣੀ ਗੁਰੂ ਆਵੇਗਾ, ਤੂੰ ਯਕੀਨ ਕਰਕੇ ਜਾਣੀ ਗੁਰੂ ਆਵੇਗਾ। ਕਹਿਣ ਲੱਗੇ ਅੱਛਾ। ਕਹਿਣ ਲੱਗੇ ਸਿੱਖਾ ਮੈਂ ਤੈਨੂੰ ਇੱਕ ਬੇਨਤੀ ਕਰਾਂ, ਤੇਰੀਆਂ ਗੱਲਾਂ ਨੇ ਪਤਾ ਨਹੀਂ ਮੈਨੂੰ ਕਿਉਂ ਧਰਵਾਸ ਕਿਆ ਦਿੱਤਾ ਹੈ। ਜੇ ਤੂੰ ਬੁਰਾ ਨਾ ਮਨਾਵੇਂ, ਤੂੰ ਅੱਜ ਦੀ ਰਾਤ ਮੇਰੇ ਕੋਲ ਕੱਟ ਲੈ, ਤੂੰ ਮੈਨੂੰ ਗੁਰੂ ਦੀਆਂ ਗੱਲਾਂ ਸੁਣਾਵੀਂ। ਤੂੰ ਕਈ ਵਾਰੀ ਮਿਲਿਆ ਹੋਇਆ, ਮੇਰਾ ਮਨ ਬਹੁਤ ਜ਼ਿਆਦਾ ਡਾਵਾਂ ਡੋਲ ਹੈ। ਸਿੱਖ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ, ਮੈਂ ਚੱਲਦਾ ਤੇਰੇ ਨਾਲ ਚੱਲਦਾ, ਕੋਈ ਗੱਲ ਨਹੀਂ। ਦੋਵੇਂ ਜਣੇ ਚਲੇ ਗਏ। ਦੇਵਾ ਰਾਮ ਨੇ ਵਰਦੀਆਂ ਅੱਗੇ ਬੱਚਿਆਂ ਨੂੰ ਦੇ ਦਿੱਤੀਆਂ ਵਿੱਚ ਸੁੱਕੀਆਂ ਪਾ ਦਿਓ। ਦੇਵਾ ਰਾਮ ਨੂੰ ਉਹ ਸਿੱਖ ਪੁੱਛਣ ਲੱਗਾ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਆ ਜਾਂਦੇ, ਤੂੰ ਕੋਈ ਤਿਆਰੀ ਕੀਤੀ ਹੋਈ ਸੀ? ਉਹ ਕਹਿਣ ਲੱਗਿਆ ਹਾਂ, ਮੈਂ ਇੱਥੇ ਤਿਆਰੀ ਬੜੇ ਚਾਵਾਂ ਨਾਲ ਕੀਤੀ ਹੋਈ। ਕਿੰਨਾ ਹੀ ਚਿਰ ਹੋ ਗਿਆ ਮੈਨੂੰ, ਤਾਂ ਮੈਂ ਚੌਂਕੀ ਬਣਾ ਕੇ ਰੱਖੀ, ਉਹਨੇ ਚੌਂਕੀ ਕੱਢ ਲਿਆਂਦੀ। ਆ ਮੈਂ ਇੱਕ ਖੇਸ ਬਣਵਾ ਕੇ ਰੱਖਿਆ ਹੋਇਆ, ਮੈਂ ਕਦੇ ਨਹੀਂ ਵਰਤਿਆ ਘਰ ਵਿੱਚ। ਆ ਮੈਂ ਖੇਸ ਰੱਖਿਆ ਹੋਇਆ ਸੀ, ਇਹ ਚੌਂਕੀ ਡਾਹ ਕੇ ਖੇਸ ਵਿਛਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਥੇ ਬਿਠਾਵਾਂਗਾ, ਫਿਰ ਮੈਂ ਕੋਲ ਇੱਥੇ ਬੈਠਾਂਗਾ। ਜਦ ਇਹ ਗੱਲਾਂ ਹੋਈਆਂ ਤਾਂ ਸਿੱਖ ਨੇ ਆਪਣੇ ਸਿਰ ਤੋਂ ਟੋਕਰੀ ਉਤਾਰੀ ਤੇ ਉਸ ਪੀੜ੍ਹੀ ਦੇ ਉੱਤੇ ਉਸ ਚੌਂਕੀ ਰੱਖ ਦਿੱਤੀ। ਦੇਵਾ ਰਾਮ ਕਹਿਣ ਲੱਗਿਆ ਸੱਜਣਾ, ਪਹਿਲਾਂ ਤੇ ਭਾਵੇਂ ਨਾ ਹੁੰਦਾ, ਹੁਣ ਤੇਰੀਆਂ ਗੱਲਾਂ ਨੂੰ ਸਿਦਕ ਵੱਧ ਗਿਆ ਮੈਨੂੰ। ਮੈਂ ਤੈਨੂੰ ਇੱਕੋ ਹੀ ਗੱਲ ਕਹਿਣਾ ਭਾਈ, ਆਪਣੀ ਟੋਕਰੀ ਚੁੱਕ ਲੈ, ਨਹੀਂ ਮੈਂ ਖਿਲਾਰ ਦਿਆਂਗਾ। ਤੂੰ ਟੋਕਰੀ ਚ ਪਤਾ ਨੀ ਕੀ ਵੇਚਦਾ ਫਿਰਦਾ ਹੋਵੇਗਾ। ਜੇ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਵੀ ਆਏ, ਤਦ ਵੀ ਆਸਣ ਤੇ ਉਹਨਾਂ ਦਾ ਹੀ ਹੈ, ਇਹ ਅਸਥਾਨ ਉਹਨਾਂ ਦਾ ਹੀ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਹੀ ਬੈਠ ਸਕਦੇ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਬੈਠ ਸਕਦਾ। ਆਪਣੀ ਟੋਕਰੀ ਚੁੱਕ ਲੈ, ਨਹੀਂ ਮੈਂ ਖਿਲਾਰ ਦਿਆਂਗਾ। ਸਿੱਖ ਨੇ ਹੱਥ ਜੋੜੇ ਕਹਿਣ ਲੱਗੇ, ਜੇ ਗੁਰੂ ਤੇਗ ਬਹਾਦਰ ਸਾਹਿਬ ਬੈਠ ਸਕਦਾ ਹੈ ਨਾ, ਤੇ ਫਿਰ ਉਹੀਓ ਬੈਠਾ ਹੈ, ਉਹੀਓ ਬੈਠਾ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜੇ ਬੈਠਾ। ਦੇਵਾ ਰਾਮ ਕਹਿਣ ਲੱਗੇ, ਉਹ ਲੋਕ ਤੇ ਮੈਨੂੰ ਮਖੌਲ ਕਰਦੇ ਨੇ, ਤੂੰ ਵੀ ਮਖੌਲ ਕਰਨ ਲੱਗ ਪਏ ਹੈ। ਗੁਰੂ ਤੇਗ ਬਹਾਦਰ ਸਾਹਿਬ ਕਿਵੇਂ ਬੈਠੇ ਨੇ, ਉਹ ਕਿਵੇਂ ਆਏ ਨੇ? ਕਹਿਣ ਲੱਗੇ ਆ ਮੈਂ ਤੈਨੂੰ ਦਰਸ਼ਨ ਕਰਵਾਵਾਂ, ਆ ਮੈਂ ਤੈਨੂੰ ਤੇਰੇ ਗੁਰੂ ਨਾਲ ਬੁਲਾਵਾਂ। ਉਹ ਸੱਜਣਾ ਗੁਰੂ ਕਦੇ ਝੂਠ ਨਹੀਂ ਜੇ ਬੋਲਦਾ, ਗੁਰੂ ਤੇ ਸੱਚੀਆਂ ਕਹਿੰਦਾ। ਚਲੋ ਚਲੋ ਵੀ ਕਹਿੰਦਾ ਆ ਮੇਰੇ ਕੋਲ, ਮੈਂ ਤੈਨੂੰ ਤੇਰਾ ਗੁਰੂ ਬੁਲਾਵਾਂ। ਦੇਵਾ ਰਾਮ ਕੋਲ ਬੈਠ ਗਿਆ, ਇੱਕ ਪਾਸੇ ਉਹ ਸਿੱਖ ਬੈਠ ਗਿਆ। ਸਿੱਖ ਕਹਿਣ ਲੱਗਿਆ ਮੇਰਾ ਨਾਂ ਹੈ ਭਾਈ ਜੇਤਾ, ਮੇਰਾ ਨਾਂ ਹੈ ਜੇਤਾ, ਤਾਂ ਮੈਂ ਤੈਨੂੰ ਤੇਰੇ ਗੁਰੂ ਦੇ ਦਰਸ਼ਨ ਕਰਵਾਵਾਂ। ਮੈਂ ਪਹਿਲਾਂ ਤੈਨੂੰ ਹੱਥ ਜੋੜ ਕੇ ਬੇਨਤੀ ਕਰਨਾ, ਮੈਂ ਲੰਮਾ ਪੈਂਦਾ ਕਰਕੇ ਆਇਆ, ਸਬਰ ਕਰ ਲਵੀਂ, ਵੇਖੀ ਕਿਤੇ ਗਲਤੀ ਨਾ ਕਰੀ, ਉੱਚੀ ਜ਼ਬਾਨੋਂ ਕੋਈ ਬੋਲ ਨਾ ਬੋਲਦੀ। ਦੇਵਾ ਰਾਮ ਕਹਿਣ ਲੱਗਿਆ ਬਿਲਕੁਲ ਨਹੀਂ ਬੋਲਦਾ। ਉਹਨੇ ਚਾਦਰ ਚੁੱਕੀ, ਇੱਕ ਚਾਦਰ ਚੁੱਕੀ। ਦੇਵਾ ਰਾਮ ਬੜੇ ਧਿਆਨ ਨਾਲ ਵੇਖ ਰਿਹਾ,
ਭਾਈ ਜੱਗੇ ਨੇ ਝੂਠੀ ਚਾਦਰ ਚੁੱਕੀ। ਦੇਵਾ ਰਾਮ ਫਿਰ ਧਿਆਨ ਨਾਲ ਦੇਖ ਰਿਹਾ, ਉਹਦੀ ਕੁਛ ਸੁਖਤਾ ਹੋਰ ਵੱਧ ਗਈ। ਜਦੋਂ ਭਾਈ ਜੱਗੇ ਨੇ ਤੀਜੀ ਚਾਦਰ ਚੁੱਕੀ ਤਾਂ ਵਿੱਚੋਂ ਗੂੜਾ ਜਿਹਾ ਲਾਲ ਰੰਗ ਉਹਨੂੰ ਪ੍ਰਗਟ ਹੋਇਆ ਤੇ ਕੁਝ ਕੁਝ ਗੱਲ ਦੇਵਾ ਰਾਮ ਨੂੰ ਸਮਝ ਲੱਗ ਗਈ। ਜਦੋਂ ਸਮਝ ਲੱਗੀ ਦੇਵਾ ਰਾਮ ਦੀ ਚੀਕ ਨਿਕਲ ਗਈ, ਉਹ ਸਤਿਗੁਰਾ ਕਿਹੜੇ ਰੂਪ ਵਿੱਚ ਆਇਆ। ਦੇਵਾ ਰਾਮ ਦੀ ਚੀਕ ਨਿਕਲੀ, ਭਾਈ ਜੱਗੇ ਨੇ ਉਸੇ ਵੇਲੇ ਹੱਥ ਰੱਖ ਲਿਆ ਮੂਹਰੇ ਉੱਤੇ, ਕਹਿਣ ਲੱਗੇ ਭਲਿਆ ਤੈਨੂੰ ਪਹਿਲੋਂ ਕਿਹਾ ਸੀ, ਮੇਰੇ ਵੱਲ ਵੇਖ, ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੈਠਿਆਂ ਵੀ ਵੇਖਿਆ, ਮੈਂ ਉਹਨਾਂ ਨੂੰ ਕਾਜੀ ਨਾਲ ਗੱਲਾਂ ਕਰਦਿਆਂ ਵੀ ਵੇਖਿਆ, ਮੈਂ ਉਹਨਾਂ ਨੂੰ ਜਲਾਦ ਨਾਲ ਗੱਲਾਂ ਕਰਦਿਆਂ ਵੀ ਵੇਖਿਆ, ਮੈਂ ਉਹਨਾਂ ਨੂੰ ਸ਼ਹੀਦ ਹੁੰਦਿਆਂ ਵੀ ਤੱਕਿਆ, ਮੈਂ ਉਹਨਾਂ ਦਾ ਸੀਸ ਧਰਤੀ ਤੇ ਪਿਆ ਵੀ ਦੇਖਿਆ, ਮੈਂ ਉਹਨਾਂ ਦਾ ਧਨ ਡਿੱਗਦਾ ਵੀ ਵੇਖਿਆ। ਮੈਨੂੰ ਵੇਖ, ਮੈਂ ਆਪਣੀ ਅੱਖ ਵਿੱਚੋਂ ਉਸ ਨੂੰ ਨਹੀਂ ਜੀ ਆਉਣ ਦਿੱਤਾ। ਤੇਰੇ ਕੋਲੋਂ ਦਰਸ਼ਨ ਨਹੀਂ ਹੋਣੇ, ਤੂੰ ਰਹਿਣ ਦੇ, ਤੇਰੇ ਕੋਲੋਂ ਦਰਸ਼ਨ ਨਹੀਂ ਹੋ ਸਕਣੇ, ਤੂੰ ਰਹਿਣ ਦੇ। ਦੇਵਾ ਰਾਮ ਨੇ ਝੱਟ ਬਾਹ ਪਕੜ ਲਈ ਭਾਈ ਚਾਚੇ ਦੀ, ਉਹ ਸਮੁੰਦਰ ਦੇ ਕਿਨਾਰੇ ਰੱਖ ਕੇ ਪਿਆਸਾ ਨਾ ਰੱਖੀ, ਸਮੁੰਦਰ ਦੇ ਕਿਨਾਰੇ ਬਿਠਾ ਕੇ ਪਿਆਸਾ ਨਾ ਰੱਖੀ, ਮੈਨੂੰ ਦੱਸ ਦੇ, ਮੈਨੂੰ ਦਰਸ਼ਨ ਕਰਵਾ ਦੇ, ਖਾਲੀ ਨਾ ਤੋੜੀ, ਮੈਂ ਵਾਅਦਾ ਕਰਨਾ। ਹੁਣ ਕੋਈ ਜ਼ੁਬਾਨੋਂ ਬੋਲ ਨਹੀਂ ਨਿਕਲੇ। ਭਾਈ ਜੱਗੇ ਨੇ ਚੌਥੀ ਚਾਦਰ ਖੋਲ੍ਹੀ, ਦੇਵਾ ਰਾਮ ਦੀਆਂ ਅੱਖਾਂ ਵਿੱਚੋਂ ਤੇ ਪਾਣੀ ਵਹਿੰਦਾ ਪਰ ਜ਼ੁਬਾਨ ਬੰਦ ਹੈ। ਆਖਿਰਕਾਰ ਭਾਈ ਜੱਗੇ ਨੇ ਜਦੋਂ ਪੰਜਵੀਂ ਚਾਦਰ ਖੋਲ੍ਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਸਤਕ ਦੇ ਨਾਲ ਉਹ ਲਹੂ ਦੇ ਨਾਲ ਕੱਪੜਾ ਚਿਬੜਿਆ ਪਿਆ, ਜਦੋਂ ਕੱਪੜਾ ਉਤਾਰਿਆ ਦਾੜੀ ਨਾਲ ਚਿਬੜਿਆ ਪਿਆ, ਜਦੋਂ ਦਾੜੇ ਤੋਂ ਉਤਾਰਨ ਲੱਗੇ ਉੱਥੇ ਮੇਰੇ ਪ੍ਰਤੀਤ ਹੋਇਆ ਜਿਵੇਂ ਹੁਣ ਵੀ ਦੁੱਖ ਨਾ ਦਿੰਦਾ ਹੋਵਾਂ, ਹੁਣ ਵੀ ਕਿਤੇ ਦੁੱਖ ਨਾ ਲੱਗਦਾ ਹੋਵੇ। ਉਸ ਦੇਵਾ ਰਾਮ ਨੇ ਹੱਥ ਪਕੜ ਲਿਆ ਭਾਈ ਜੱਗੇ ਦਾ, ਕਹਿਣ ਲੱਗੇ ਇੱਦੋਂ ਅੱਗੇ ਨਾ ਖੋਲੀ, ਮੇਰੇ ਕੋਲ ਦਰਸ਼ਨ ਨਹੀਂ ਹੋ, ਇੱਦੋਂ ਅੱਗੇ ਨਾ ਖੋਲੀ, ਮੇਰੇ ਕੋਲ ਦਰਸ਼ਨ ਨਹੀਂ ਹੋਣੇ, ਠੀਕ ਠਾਕ। ਦੇਵਾ ਰਾਮ ਨੇ ਆਪਣਾ ਸੀਸ ਗੁਰੂ ਦੇ ਸੀਸ ਕੋਲ ਰੱਖ ਦਿੱਤਾ, ਰੱਜ ਕੇ ਰੋਇਆ, ਰੱਜ ਕੇ ਰੋਇਆ। ਮੈਨੂੰ ਨਹੀਂ ਸੀ ਪਤਾ ਤੇਰੀਆਂ ਬੁਝਾਰਤਾਂ ਦਾ, ਮੈਨੂੰ ਨਹੀਂ ਸੀ ਪਤਾ ਤੇਰੇ ਦੂਜੇ ਰਮਜਾਂ ਦਾ, ਤੂੰ ਮੈਨੂੰ ਕਹਿੰਦਾ ਰਿਹਾ ਵੀ ਮੈਂ ਆਵਾਂਗਾ, ਤੂੰ ਪਛਾਣ ਲਵੇਂਗਾ, ਸੱਚ ਹੈ ਸਤਿਗੁਰੂ ਮੈਂ ਹੋਰੀ ਪਛਾਣਿਆ, ਪਰ ਤੂੰ ਤੇ ਆ ਗਿਆ ਸੀ, ਮੈਂ ਹੋਰੀ ਪਛਾਣ ਪਾਇਆ, ਤੂੰ ਤੇ ਆ ਗਿਆ ਸੀ, ਤੂੰ ਤੇ ਰਹਿਮਤਾਂ ਕੀਤੀਆਂ ਸਨ, ਕਿਰਪਾ ਕਰ ਮੇਰੀਆਂ ਭੁੱਲਾਂ ਨੂੰ ਮਾਫ਼ ਕਰ ਦੇ। ਭਾਈ ਜੱਗੇ ਨੂੰ ਕਹਿਣ ਲੱਗਿਆ ਮੈਂ ਕੀ ਸੇਵਾ ਕਰ ਸਕਦਾ, ਕਹਿਣ ਲੱਗੇ ਤੂੰ ਗੁਰੂ ਕੋਲ ਬੈਠ, ਮੇਰੇ ਲੰਮੇ ਰਾਹ ਤੇ ਤੁਰਦੀਆਂ ਪੈਰ ਤੇ ਲੱਤਾਂ ਸੁੱਜ ਗਈਆਂ, ਪਤਾ ਨੀ ਮੈਂ ਅੱਗੇ ਕਿੰਨਾ ਕੁ ਪਿੰਡਾਂ ਹੋਰ ਕਰਨਾ, ਤੇ ਤੂੰ ਗੁਰੂ ਕੋਲ ਬੈਠ ਕੇ ਸੇਵਾ ਸੰਭਾਲ ਵਿੱਚ ਰਹਿ, ਮੈਂ ਵੀ ਕੋਲ ਲੰਮਾ ਪੈ ਜਾਂਗਾ ਥੋੜਾ ਸਮਾਂ, ਸਵੇਰੇ ਤੜਕੇ ਸਾਰ ਮੈਂ ਨਿਕਲ ਜਾਣਾ। ਭਾਈ ਜੱਗੇ ਨੇ ਪੰਜ ਪੜਾਅ ਕੀਤੇ, ਪਹਿਲਾ ਤਰਾਵੜੀ, ਦੂਜਾ ਅੰਬਾਲੇ, ਤੀਜਾ ਜ਼ੀਰਕਪੁਰ ਦੇ ਲਾਗੇ ਨਾਭਾ ਸਾਹਿਬ, ਚੌਥਾ ਕੀਰਤਪੁਰ ਸਾਹਿਬ ਤੇ ਪੰਜਵਾਂ ਅਨੰਦਪੁਰ ਸਾਹਿਬ। ਇਹ ਪੰਜ ਪੜਾਅ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਸੱਜੇ ਪਰਚਿਆ, ਇੱਥੇ ਆਪਣੇ ਨੂੰ ਵਿਸ਼ੇਸ਼ ਦਾ ਸੰਸਕਾਰ ਹੋਇਆ। ਤੁਹਾਡੀ ਧਰਤੀ ਨੂੰ ਇਹ ਸੁਭਾਗ ਹਾਸਲ ਹੈ ਵੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਮਿਹਰਾਂ ਦੀ ਦਾਤ ਵਰਸਾ ਕੇ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ ਸੀ। ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ, ਜੇ ਤੁਹਾਨੂੰ ਇਹ ਮਾਣ ਹਾਸਲ ਹੈ ਨਾ ਵੀ ਜਿਹੜੇ ਇਲਾਕੇ 'ਚ ਅਸੀਂ ਰਹਿੰਦੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਮੁਬਾਰਕ ਚਰਨ ਪਏ ਸਨ, ਤਾਂ ਤੁਹਾਡੇ ਇਲਾਕੇ ਵਿੱਚੋਂ ਕਦੇ ਨਸ਼ਿਆਂ ਦੀ ਬੋ ਨਹੀਂ ਆਉਣੀ ਚਾਹੀਦੀ, ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਦੀ ਖੁਸ਼ਬੂ ਆਉਣੀ ਚਾਹੀਦੀ, ਤੁਹਾਡੇ ਇਲਾਕੇ 'ਚੋਂ ਕਦੇ ਪੱਤਤ ਪੁਣੀ ਦੀ ਬੋ ਨਹੀਂ ਆਉਣੀ ਚਾਹੀਦੀ। ਜੇ ਆ ਰਹੀ ਹੈ ਤਾਂ ਸੁਧਾਰੋ, ਸੁਧਾਰੋ, ਉਹਨੇ ਬਹੁਤ ਕੁਝ ਸਾਡੇ ਲਈ ਕੀਤਾ ਹੈ।
ਤੇ ਅਸੀਂ ਉਹਦੀਆਂ ਨਿਸ਼ਾਨੀਆਂ ਤਾਂ ਲੈ ਕੇ ਜਿਉ ਸਕਦੇ ਹਾਂ। ਵਕਤ ਪੁਣੇ ਤੋਂ ਬਾਹਰ ਨਿਕਲੀਏ, ਸਿੱਖੀ ਨੂੰ ਧਾਰਨ ਕਰੀਏ, ਗੁਰੂ ਚਰਨਾਂ ਨਾਲ ਜੁੜੀਏ, ਫਿਰ ਮੇਰਾ ਸਾਈਂ ਜ਼ਰੂਰ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ। ਆਉਣ ਵਾਲੀਆਂ ਨਸਲਾਂ ਨੂੰ ਤੁਸੀਂ ਮਾਣ ਨਾਲ ਦੱਸੋਗੇ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਪਾਵਨ ਪਵਿੱਤਰ ਦਾਤ ਉਹ ਸਾਨੂੰ ਬਖਸ਼ਿਸ਼ ਕਰਕੇ ਗਏ ਸਨ, ਉਹ ਅਸੀਂ ਅੱਜ ਤੱਕ ਸੰਭਾਲੀ। ਕਿਤਨੀਆਂ ਬੇਨਤੀਆਂ ਕਬੂਲ ਕਰਿਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਸਮੁੱਚੀ ਸੰਗਤ ਦਾ, ਆਪਣੇ ਬੱਚਿਆਂ ਦਾ, ਪ੍ਰਬੰਧਕੀ ਵੀਰਾਂ ਦਾ, ਸਾਰਿਆਂ ਦਾ ਦਾਸ ਜ਼ਰੂਰਣੀ ਹੈ। ਖਾਸ ਸ਼ੁਕਰ ਗੁਜ਼ਾਰ ਹੈ ਗੁਰਮੁਖ ਪਿਆਰੇ ਭਾਈ ਗੁਰਪਾਲ ਸਿੰਘ ਜੀ ਬੈਠ, ਵਿਦੇਸ਼ਾਂ ਵਿੱਚ ਵੀ ਇਕੱਠੇ ਮਿਲਣ ਦਾ ਮੌਕਾ ਮਿਲਦਾ ਰਿਹਾ। ਮੈਂ ਇਸ ਗੱਲ ਦੀ ਤੁਹਾਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਇੱਕ ਕੌਮ ਨੂੰ ਹੀਰਾ ਤੁਸੀਂ ਆਪਣੇ ਵੱਲੋਂ ਬਖਸ਼ਿਸ਼ ਕੀਤਾ ਹੋਇਆ। ਪ੍ਰਚਾਰਕ ਦੀ ਜ਼ਿੰਦਗੀ ਮੈਂ ਜਿਉਣਾ, ਮੈਨੂੰ ਪਤਾ ਹੈ ਵੀ ਕਿੰਨੀ ਕੁ ਔਖੀ ਹੈ। ਇਹ ਤੁਹਾਡੀ ਸਾਰਿਆਂ ਦੀ ਨਿਮਤ ਹੈ, ਪਰ ਤੁਹਾਡੇ ਸਾਰੇ ਇਲਾਕੇ ਦਾ ਨਾਮ ਵਿਦੇਸ਼ਾਂ ਵਿੱਚ ਇਹਨਾਂ ਨੇ ਬੜਾ ਉੱਚਾ ਕੀਤਾ ਹੋਇਆ। ਆਮ ਕਰਕੇ ਪ੍ਰਚਾਰਕ ਥਿਰਕ ਜਾਂਦੇ ਨੇ, ਪਰ ਇਹ ਬੜੀ ਸੱਚ ਕੇ ਪਹਿਰਾ ਦੇ ਕੇ ਨਿਧੜਕਤਾ ਦੇ ਨਾਲ, ਨਿਡਰਤਾ ਦੇ ਨਾਲ ਗੁਰਮਤ ਦੇ ਪਹਿਰਾ ਦਿੰਦੇ ਨੇ। ਤੁਹਾਨੂੰ ਤਾਂ ਪ੍ਰਤਪਾਲ ਸਿੰਘ ਪ੍ਰਤਪਾਲ ਸਿੰਘ ਲੱਗਦਾ ਹੋਵੇਗਾ, ਪਰ ਸਾਨੂੰ ਇਹ ਕੌਮ ਦਾ ਜੀਰਾ ਲੱਗਦਾ। ਮੈਨੂੰ ਇਹਨਾਂ ਦੇ ਕੋਲ ਇੱਕੋ ਹੀ ਕਮਰੇ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ। ਕਈ ਵਾਰੀ ਅਸੀਂ ਕਿੱਥੇ ਰਹੇ, ਅਤੇ ਮੈਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ। ਤੁਸੀਂ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਗੁਰੂ ਪਿਆਰ ਵਿੱਚ ਭੇਜ ਕੇ ਇਸੇ ਤਰ੍ਹਾਂ ਹੋਰ ਪ੍ਰਚਾਰਕ ਪੈਦਾ ਕਰਦੇ ਰਹੋ, ਤਾਂ ਕਿ ਤੁਹਾਡੀ ਜਿਹੜੀ ਇਸ ਜਗ੍ਹਾ ਦੀ ਇੱਕ ਵਿਲੱਖਣਤਾ ਹੈ ਉਹ ਸਾਰੀ ਦੁਨੀਆ 'ਚ ਆਪਣਾ ਮੁਕਾਮ ਉਸੇ ਤਰ੍ਹਾਂ ਬਣਾਈ ਰੱਖੇ। ਭੁੱਲਾਂ ਦੀ ਖਿਮਾ ਮੰਗਦਾ ਅੱਜ ਨਾਲ ਆਖੋ ਜੀ ਵਾਹਿਗੁਰੂ ਜੀ ਖਾਲਸਾ।